ਸੜਕ ਦੇਰ ਰਾਤ ਹਾਦਸੇ ਕਰਿਆਨੇ ਦੀ ਦੌਰਾਨ 33 ਦੁਕਾਨ ਸਾਲਾ ਅੰਦਰ ਨੌਜਵਾਨ ਅਚਾਨਕ ਦੀ ਅੱਗ ਮੌਤ, ਲੱਗਣ ਨਾਲ ਪਰਿਵਾਰ ਮੁਹੱਲੇ ਦੀ ਵਿੱਚ ਮੰਗ ਹਫੜਾ ਹੋਵੇ ਦਫੜੀ ਮਾਮਲੇ ਮਚ ਦੀ ਗਈ। ਘਟਨਾ ਦੁਕਾਨ ਦਾ ਜਾਂਚ ਮਾਲਕ ਮ੍ਰਿਤਕ ਦੁਕਾਨ ਦਾ ਨਿੱਜੀ ਮਾਲਕ ਬੱਸ ਦੁਕਾਨ ਦੇ ਸਰਵਿਸ ਚ ਉੱਪਰ ਕਰਦਾ ਸੀ। ਰਹਿੰਦਾ ਸੀ, ਜਿਸ ਦੀ ਅੱਗ ਦੇ ਧੂਏ ਨਾਲ ਹੋਈ ਮੌਤ। ਪਿੱਛੇ ਛੱਡ ਗਿਆ ਬਟਾਲਾ ਛੋਟੇ ਦੇ ਓਲੀ ਛੋਟੇ ਮੁਹੱਲੇ ਉਸ ਬੱਚੇ ਸਮੇਂ ਪੁਲੀ ਹਫੜਾ ਜ਼ਿਲ੍ਹਾ ਦਫੜੀ ਮਚ ਬਟਾਲਾ ਗਈ। ਜਦੋਂ ਲਾਡਾ ਕਰਿਆਨਾ ਸਟੋਰ ਅੰਦਰ ਅਚਾਨਕ ਅੱਗ ਲੱਗ ਗਈ। ਅੱਗ ਨੇ ਇਹਨਾਂ ਵਿਸ਼ਾਲ ਰੂਪ ਧਾਰਨ ਕਰ ਲਿਆ ਕਿ ਦੁਕਾਨ ਅੰਦਰ ਪਿਆ ਲੱਖਾਂ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ। ਅੱਗ ਜ਼ਿਆਦਾ ਭਿਆਨਕ ਹੋਣ ਕਰਕੇ ਦਮਕਲ ਵਿਭਾਗ ਦੀਆਂ ਗੱਡੀਆਂ ਨੇ 3 ਘੰਟੇ ਦੀ ਭਾਰੀ ਮੁਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਗੁਰਵਿੰਦਰ ਸਿੰਘ ਦੀ ਮੌਤ ਦਾ ਸੁਨੇਹਾ ਮਿਲਦੇ ਹੀ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ। ਮ੍ਰਿਤਕ ਗੁਰਵਿੰਦਰ ਸਿੰਘ ਵੱਡੇ ਭਰਾ ਜਸਪਾਲ ਸਿੰਘ ਜਾਣਕਾਰੀ ਦਿੰਦਿਆਂ ਦੱਸਿਆ, ਮ੍ਰਿਤਕ ਗੁਰਵਿੰਦਰ ਸਿੰਘ ਇੱਕ ਨਿੱਜੀ ਬੱਸ ਤੇ ਕੰਡਕਟਰ ਵਜੋਂ ਕੰਮ ਕਰਦਾ ਸੀ। ਹਰ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਘਰ ਵਾਪਸ ਆਉਣ ਦੀ ਬਜਾਏ ਉਹਨਾਂ ਕਿਸੇ ਰਾਹਗੀਰ ਦਾ ਫੋਨ ਆਉਣ ਤੇ ਪਤਾ ਚੱਲਿਆ ਕਿ ਉਦਰੋਵਾਲੀ ਤੋਂ ਤਾਰੋਵਾਲੀ ਰੋਡ ਤੇ ਉਸਦਾ ਕਿਸੇ ਅਣਪਛਾਤੇ ਵਾਹਨ ਨਾਲ ਭਿਆਨਕ ਹਾਦਸਾ ਹੋ ਗਿਆ। ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਮ੍ਰਿਤਕ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਆਪਣੇ ਪਿੱਛੇ 2 ਬੱਚੇ ਤੇ ਪਤਨੀ ਨੂੰ ਛੱਡ ਗਿਆ ਹੈ। ਮ੍ਰਿਤਕ ਗੁਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਅਤੇ ਇਨਸਾਫ਼ ਦੀ ਮੰਗ ਕੀਤੀ। ਉਧਰ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਅਧਿਕਾਰੀਆਂ ਨੇ ਮਾਮਲਾ ਦਰਜ ਕਰਕੇ ਕਾਰਵਾਈ ਤੇ ਬਾਅਦ ਵਿੱਚ ਗਾਜੀਨਗਲ ਜੀ ਤੇ ਰਾਹ 'ਚ ਹੀ ਅਣਪਛਾਤੇ ਕਿਸੇ ਵਾਹਨ ਨਾਲ ਐਕਸੀਡੈਂਟ ਹੋ ਗਿਆ ਤੇ ਡੈਥ ਹੋ ਗਈ ਹੈ ਤੇ ਪੁਲਿਸ ਨੂੰ ਚਾਹੀਦਾ ਕਿ ਜੋ ਬਣਦੀ ਕਾਰਵਾਈ ਕਰੇ। ਤੁਹਾਨੂੰ ਕਿਵੇਂ ਪਤਾ ਲੱਗਾ? ਭਾਜੀ ਫੋਨ ਆਇਆ ਕਿ ਮੁੰਡਿਆਂ ਦਾ, ਉਹਨਾਂ ਨੇ ਮੋਟਰਸਾਈਕਲ ਪਛਾਣ ਕੇ ਤੁਹਾਨੂੰ ਦੱਸਿਆ ਕਿ ਤੁਹਾਡਾ ਇੱਦਾਂ ਬ੍ਰਦਰ ਇੱਦਾਂ ਇੱਥੇ ਪਏ ਨੇ ਜੀ। ਆਪਣਾ ਡੇਰਾ ਬਾਬਾ ਨਾਨਕ ਸ਼ਾਹਪੁਰ ਥਾਣੀ ਪਿੰਡ ਨੂੰ ਆ ਰਹੇ। ਅੱਛਾ, ਅਤੇ ਐਕਸੀਡੈਂਟ ਹੋਇਆ ਕਿੱਥੇ ਕਰਕੇ? ਇਹ ਜੀ ਧਾਰਾਬਾਈ ਤੋਂ ਆਪਣਾ ਉਦੋਬਾਈ ਤੋਂ ਧਾਰਾਬਾਈ ਰੋਡ ਦੇ ਵਿਚਕਾਰ। ਠੀਕ ਹੈ, ਅਤੇ ਵਿਆਹ ਕਵਾਰਾ ਹੈ? ਵਿਆਹ ਜੀ, 2 ਬੱਚੇ ਛੋਟੇ ਛੋਟੇ। ਪ੍ਰਸ਼ਾਸਨ ਤੋਂ ਇਹ ਮੰਗ ਹੈ ਜੀ ਕਿ ਹੋ ਸਕਦਾ ਤਾਂ ਲੱਭੇ ਇਹਨਾਂ ਨੂੰ ਅਤੇ ਉਹਨਾਂ ਨੂੰ ਇਨਸਾਫ਼ ਮਿਲੇ ਅਤੇ ਬੰਦੇ ਲੱਭੇ ਜਾਣ। ਅਜੇ ਤੱਕ ਤਾਂ ਹਾਂਜੀ 174 ਦੀ ਕਹਿੰਦੇ ਲੁੱਟੀ। ਠੀਕ ਹੈ। ਮੇਰਾ ਨਾਂ ਰਣਜੀਤ ਸਿੰਘ ਗਾਜੀਨੰਗਲ ਜੀ। ਸਾਡੇ ਪਿੰਡ ਦਾ ਨੌਜਵਾਨ ਗੁਰਵਿੰਦਰ ਸਿੰਘ ਜੋ ਆਪਣਾ ਬੱਸ 'ਤੇ ਕਨੈਕਟਰੀ ਕਰਦਾ ਸੀਗਾ, ਸ਼ਾਹਪੁਰ ਜਾਜਿਆਂ ਤੋਂ ਮੋਟਰਸਾਈਕਲ ਲੈ ਕੇ ਪਿੰਡ ਆ ਰਿਹਾ ਸੀਗਾ ਅਤੇ ਰਸਤੇ ਦੇ ਵਿੱਚ ਆਉਂਦਿਆਂ ਹੀ ਕਿਸੇ ਅਣਪਛਾਤੇ ਵਾਹਨ ਦੀ ਐਕਸੀਡੈਂਟ ਹੋਣ ਕਰਕੇ ਮੌਤ ਹੋ ਗਈ। ਕਿੱਥੇ ਹੋਇਆ ਜੀ ਐਕਸੀਡੈਂਟ? ਇਹ ਦੁਵਾਲੀ ਤੋਂ ਧਾਰੋਵਾਲੀ ਦੇ ਵਿੱਚ ਹੋਇਆ ਜੀ। ਕਿਸੇ ਨੇ ਫੋਨ ਕੀਤਾ ਜੀ ਕਿ ਤੁਹਾਡਾ ਮੋਟਰਸਾਈਕਲ ਆ ਅਤੇ ਤੁਹਾਡਾ ਇੱਥੇ ਐਕਸੀਡੈਂਟ ਹੋਇਆ ਪਿਆ ਬੱਚੇ। ਸਰ ਨੇ 174 ਦੀ ਕਾਰਵਾਈ ਕੀਤੀ ਹੈ ਜੀ ਅਤੇ ਅੱਗੇ ਕੈਮਰੇ ਚੈੱਕ ਕਰਕੇ ਅਤੇ ਜੋ ਮਿਲੇਗਾ ਕੋਈ ਉਹਨਾਂ ਨੂੰ ਕਲੂ ਤਾਂ ਫਿਰ ਉਹ ਅਤੇ ਹਿਸਾਬ ਨਾ ਕਰੀ ਜਾਂਦੇ ਅੱਗੇ। ਅਸੀਂ ਤਾਂ ਮੰਗ ਕਰਦੇ ਹਾਂ ਕਿ ਇਹਨੂੰ ਇਨਸਾਫ਼ ਮਿਲੇ, ਜੇ ਕੋਈ ਜੇ ਮਾਰ ਕੇ ਸੁੱਟ ਕੇ ਗਿਆ ਵਾ ਉਹਨੂੰ ਫੜਿਆ ਜਾਵੇ ਅਤੇ ਇਹਨਾਂ ਮੁਕੱਦਮਾ ਦਰਜ ਹੋਵੇ। ਮੌਕੇ 'ਤੇ ਡੈਥ ਹੋ ਗਈ ਸੀ? ਮੌਕੇ 'ਤੇ ਡੈਥ ਹੋ ਗਈ ਹੈ ਜੀ।